ਅਮਰੀਕਾ ਦੇ ਵਿੱਚ ਇੱਕ ਵਾਰ ਫੇਰ ਤੋਂ ਸਿੱਖ ਪਾਈਚਾਰੀ ਦਾ ਨਾਮ ਮਾਣ ਨਾਲ ਉੱਚਾ ਹੋ ਗਿਆ ਹੈ ਭਾਰਤੀ ਮੂਲ ਦੇ ਰਵਿੰਦਰ ਸਿੰਘ ਪੱਲਾ ਅਮਰੀਕਾ ਦੇ ਨਿਊ ਜਰਸੀ ਸਥਿਤ ਹੋਬੋਕੈਂਡ ਦੇ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਚੁੱਕੇ ਹਨ ਸਾਬਕਾ ਮੇਅਰ ਡੌਨ ਜਿਮਰ ਨੇ ਜੂਨ ਦੇ ਵਿੱਚ ਹੀ ਚੋਣਾਂ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕਰਦੇ ਹੋਏ ਪੱਲਾ ਦੀ ਹਮਾਇਤ ਕੀਤੀ ਸੀ ਪਰ ਚੋਣਾਂ ਦੇ ਵਿੱਚ ਪੱਲਾ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਸੀ ਇਹੀ ਨਹੀਂ ਅੱਤਵਾਦੀ ਤੱਕ ਦੱਸ ਕੇ ਉਹਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਾਰ티 ਮੋਲਦੇ ਰਵਿੰਦਰ ਸਿੰਘ ਪੱਲਾ ਅਮਰੀਕਾ ਦੇ ਨਿਊ ਜਰਸੀ ਸਥਿਤ ਹੋਬੋਗਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ ਸਾਬਕਾ ਮੇਅਰ ਡੌਨ ਜਿਮਰ ਨੇ ਜੂਨ ਦੇ ਵਿੱਚ ਹੀ ਚੋਣਾਂ 'ਚ ਹਿੱਸਾ ਨਾ ਲੈਣ ਦਾ ਫੈਸਲਾ ਕਰਦੇ ਹੋਏ ਪੱਲਾ ਦੀ ਹਮਾਇਤ ਕੀਤੀ ਸੀ ਪਰ ਚੋਣਾਂ ਵਿੱਚ ਪੱਲਾ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਇਹੀ ਨਹੀਂ ਅਤਵਾਦੀ ਦੱਸ ਕੇ ਉਹਨਾਂ ਦਾ ਰਸਤਾ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪੱਲਾ ਪਿਛਲੇ 7 ਸਾਲਾਂ ਤੋਂ ਹੋਬੋਗਨ ਸਿਟੀ ਕੌਂਸਲ ਦਾ ਹਿੱਸਾ ਹਨ ਕੌਂਸਲ ਦੇ ਮੈਂਬਰ ਮਾਈਕਲ ਡਿਫੈਸਕੋ ਜੈਨੀਫਰ ਗੈਟੋਨੋ ਅਤੇ ਐਂਥਨੀ ਰੋਮੋਨੋ ਸਵੇਤ ਛੇਪ ਵਿਰੋਧੀਆਂ ਨੂੰ ਪਿੱਛੇ ਛੱਡ ਕੇ ਪੱਲਾ ਨੇ ਇਹ ਜਿੱਤ ਹਾਸਲ ਕੀਤੀ ਹੈ ਜੋਨ ਜਿੱਤਣ ਤੋਂ ਬਾਅਦ ਆਪਣੀ ਹਮਾਇਤੀਆਂ ਨੂੰ ਪੱਲਾ ਨੇ ਕਿਹਾ ਕਿ ਮੇਰੇ ਵਿੱਚ ਮੇਰੇ ਫਿਰਕੇ ਵਿੱਚ ਅਤੇ ਮੇਰੇ ਦੇਸ਼ ਵਿੱਚ ਵਿਸ਼ਵਾਸ ਦਿਖਾਉਣ ਦੇ ਲਈ ਤੁਹਾਡਾ ਸ਼ੁਕਰੀਆ ਸਾਨੂੰ ਹੁਣ ਇਕੱਠੇ ਕੰਮ ਕਰਕੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤੰਦੇ ਹੀ ਦੇ ਨਾਲ ਨਿਭਾਉਣਗੇ ਪੱਲਾ ਦੀ ਇਸ ਜਿੱਤ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਪਾਈਚਾਰੇ ਦਾ ਨਾਮ ਵਿਦੇਸ਼ਾਂ ਦੇ ਵਿੱਚ ਰੋਸ਼ਨ ਕਰ ਦਿੱਤਾ ਹੈ